ਓਹੋ ਸਾਰਾ ਗੰਦਾ ਕਰਤਾ ਵਾ, ਕਿੰਨੀ ਮਿੱਟੀ ਲਾਤੀ ਆ। ਮਸਾ ਪੋਚਾ ਮਾਰਿਆ ਸੀ ਮੈਂ ਠੰਡ ਦੇ ਵਿੱਚ, ਚੱਪਲ ਬਾਹਰ ਨਹੀਂ ਲਾ ਸਕਦੇ, ਪਤਾ ਨਹੀਂ ਕਿੱਦਾਂ ਦੇ ਕੰਮ ਕਰਦੇ ਆ, ਸਾਰਾ ਮਿੱਟੀ ਨਾਲ ਭਰ ਦਿੱਤਾ। ਫੇਰ ਲਾਤੀ ਭਲੀ ਲੋਕੇ, ਜੋ ਲੈਣਾ ਵਾ ਸਮਾਨ ਆਪਣਾ ਲਓ ਤੇ ਚਲੋ ਧੁੱਪੇ, ਪੋਚਾ ਮਾਰਨ ਦੋ, ਸੁੱਕ ਲੈਣ ਦੋ, ਫੇਰ ਅੰਦਰ ਆਇਓ। ਗਿੱਲੇ ਦੇ ਆਣ ਕੇ ਵੜ ਜਾਂਦੇ ਆ। ਓਹੋ ਮੈਂ ਤਾਂ ਗੁਟਕਾ ਸਾਹਿਬ ਲੈਣ ਆਇਆ ਸੀ ਅੰਦਰੋਂ, ਬਾਹਰ ਧੁੱਪ ਬਹੁਤ ਵਧੀਆ ਲੱਗੀ ਆ, ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਬੈਠ ਕੇ ਧੁੱਪੇ। ਚਲੋ ਚਲੋ ਲੈ ਕੇ ਤੇ ਚਲੋ ਬਾਹਰ ਧੁੱਪੇ, ਮੈਂ ਵੀ ਫਿਰ ਧੁੱਪੇ ਆਉਣੀ ਘੜੀ। ਠੀਕ ਆ। ਛੱਡ ਦਿਓ ਅਖਬਾਰ ਹੁਣ, ਕੋਈ ਕੰਮ ਕਾਰ ਕਰ ਲਓ। ਬਾਹਰ ਕੰਮ ਕਿੰਨਾ ਕਰਨ ਵਾਲਾ ਪਿਆ ਬਗੀਚੇ 'ਚ, ਇੱਕ ਮੁੰਡਾ ਸੀ ਉਹ ਵੀ ਤੁਸੀਂ ਬਾਹਰ ਭੇਜ ਦਿੱਤਾ ਕਨੇਡਾ, ਹੁਣ ਇਕੱਲੇ ਇੱਥੇ ਟਾਈਮ ਪਾਸ ਵੀ ਨਹੀਂ ਹੁੰਦਾ, ਐਡਾ ਵੱਡਾ ਘਰ ਵਾ, ਨਾ ਰਾਤ ਇੱਥੇ ਨੀਂਦ ਆਉਂਦੀ ਆ ਨਾ ਕੁਛ। ਉਦੋਂ ਮੈਂ ਰੋਕਦੀ ਸੀ ਨਾ ਭੇਜੋ ਨਾ ਭੇਜੋ, ਨਾ ਜਾਣ ਦੇ ਬਾਹਰ ਮੁੰਡੇ ਨੂੰ ਕਮਾਈ ਕਰਨ, ਉੱਠ ਕੇ ਕੰਮ ਕਰ ਲਓ ਹੁਣ, ਛੱਡੋ ਇਹਨੂੰ। ਹੁਣੇ ਤਾਂ ਹੋਏ 2 ਮਿੰਟ ਅਖਬਾਰ ਲੈ ਕੇ ਬੈਠੇ ਨੂੰ, ਉਹ ਵੀ ਨਹੀਂ ਬਹਿਣ ਦਿੰਦੀ ਕਿਤੇ ਚੈਨ ਨਾਲ, ਕਦੀ ਦੁੱਧ ਲਿਆ ਕਦੀ ਸਬਜ਼ੀ ਲਿਆ, ਸਾਰੇ ਕੰਮ ਮੇਰੇ 'ਤੇ ਛੁੱਟੇ ਆ। ਹੋਰ ਕਿਹਨੇ ਕਰਨਾ ਵਾ, ਘਰ ਕੋਈ ਹੈਗਾ ਕਰਨ ਵਾਲਾ ਜਿਹੜਾ ਕਰੂਗਾ, ਆਪੇ ਕਰਨੇ ਪੈਣੇ ਆ। ਅਤੇ ਮੇਰੇ ਕੋਲ ਟਾਈਮ ਹੀ ਕਿੰਨਾ ਕੁ ਹੁੰਦਾ ਵਾ, ਸਵੇਰ ਤੋਂ ਉੱਠ ਕੇ ਘਰ ਦੇ ਭੰਬਲ ਭੂਸੇ 'ਚ ਹੀ ਵੜ ਜਾਈਦਾ ਵਾ। ਅਤੇ ਕਰਨਾ ਹੀ ਪੈਣਾ ਵਾ, ਆਪੇ ਕਰਨਾ ਵਾ ਨਾ। ਮੁੰਡਾ ਬਾਹਰ ਭੇਜਿਆ ਤਾਂ ਮੁੰਡਾ ਪੈਸੇ ਵੀ ਤਾਂ ਭੇਜਦਾ ਵਾ, ਉਹਦੀ ਵੀ ਆਪਣੀ ਕੋਈ ਜ਼ਿੰਦਗੀ ਆ, ਉਹਨੇ ਆਪਣੀ ਲਾਈਫ ਵੱਲ ਵੇਖਣਾ। ਅਤੇ ਇਕੱਲੇ ਪੈਸੇ ਨੂੰ ਕੀ ਕਰਨਾ ਵਾ, ਕਿੰਨੇ ਤੰਗੀ ਦੇ ਦਿਨ ਕੱਟਣ ਡੇ ਅਸੀਂ ਦੋਵੇਂ, ਇੱਥੇ ਐਡਾ ਵੱਡਾ ਘਰ ਵਾ ਸਾਡਾ, ਅਤੇ ਮੁਸ਼ਕਲਾਂ ਤਾਂ ਸਾਰੀਆਂ ਫਿਰ ਝਾਕਣੀਆਂ ਪੈਂਦੀਆਂ ਵਾ, ਜਾਂ ਬੱਚਿਆਂ ਦੀ ਜ਼ਿੰਦਗੀ ਬਣਾ ਲਓ ਅਤੇ ਜਾਂ ਆਪਣੀਆਂ ਖੁਸ਼ੀਆਂ ਵੱਲ ਵੇਖ ਲਓ। ਅਤੇ ਆਪਣੇ ਵੀ ਬੁਢਾਪੇ 'ਚ ਸੁੱਖ ਚਾਹੀਦਾ ਨਾ ਕੋਈ ਬੱਚਿਆਂ ਦਾ, ਹੁਣ ਹੈਗਾ ਕੋਈ ਸਾਨੂੰ ਇੱਥੇ ਸੁੱਖ ਆਰਾਮ, ਕੋਈ ਆਪੇ ਕੰਮ ਕਰਨੇ ਪੈਂਦੇ ਸਾਰੇ। ਇਹ ਤਾਂ ਬੱਚਿਆਂ ਦੀ ਆਪਣੀ ਮਰਜ਼ੀ ਆ ਨਾ, ਕਿਸ ਤਰ੍ਹਾਂ ਦੇਖਣਾ ਵਾ। ਚਲੋ ਜੋ ਤੁਹਾਡੀ ਮਰਜ਼ੀ ਕਰੀ ਜਾਓ ਫਿਰ ਆਪੇ, ਮੈਨੂੰ ਤਾਂ ਕੁਛ ਨਹੀਂ ਪਤਾ। ਠੀਕ ਆ, ਕਰ ਲੂੰਗਾ ਮੈਂ। ਚਾਹ ਪੀ ਲਓ ਆਣ ਕੇ। ਖੰਡ ਨਹੀਂ ਪਾਈ ਚਾਹ ਚ? ਖੰਡ ਹੈ ਨਹੀਂ, ਖਤਮ ਹੋਈ ਆ। ਖੰਡ ਹੈ ਨਹੀਂ ਤਾਂ ਦੱਸ ਦਿੰਦੇ, ਕੱਲ ਦੱਸਿਆ ਸੀ ਸ਼ਾਮੀ। ਦੱਸਿਆ ਸੀ ਤਾਂ ਮੈਨੂੰ ਚੇਤਾ ਭੁੱਲ ਗਿਆ, ਆ ਸਾਹਮਣੇ ਤੇ ਦੁਕਾਨ ਆ, ਲੈ ਆਉਂਦੀ ਜਾ ਕੇ ਆਪੇ। ਸਾਰੇ ਕੰਮ ਮੈਂ ਹੀ ਕਰਨੇ ਆ, ਘਰ ਦਾ ਕੰਮ ਮੈਂ ਕਰਾਂ, ਰਸੋਈ ਦਾ ਕੰਮ ਵੀ ਕਰਾਂ, ਮੈਂ ਸਾਰਾ ਖੰਡ ਪੱਤੀ ਵੀ ਜਾ ਕੇ ਮੈਂ ਲਿਆਵਾਂ, ਤੁਸੀਂ ਕੀ ਕਾਹਦੇ ਵਾਸਤੇ ਆ? ਇਹਨੂੰ ਤਾਂ ਮੈਂ ਇਕੱਲੀ ਚੰਗੀ ਸੀਗੀ, ਇਕੱਲੀ ਰਹਿ ਲੈਂਦੀ ਹਾਂ, ਮੈਂ ਆਪੇ ਲਿਆਉਣਾ ਵਾਂ ਤੇ। ਚੱਲ ਠੀਕ ਆ, ਜੇ ਤੂੰ ਇਕੱਲੀ ਚੰਗੀ ਆ ਨਾ, ਚੱਲ ਜਾਣਾ ਮੈਂ ਘਰ ਛੱਡ ਕੇ। ਕਹਿੰਦੇ ਹੀ ਆ ਘਰ ਛੱਡ ਕੇ ਚੱਲ ਜਾਣਾ, ਕਦੀ ਗਏ ਵੀ ਆ ਛੱਡ ਕੇ? ਜਾਓ ਤਾਂ ਸਹੀ ਘਰ ਛੱਡ ਕੇ, ਕਰ ਲੂੰਗੀ ਫਿਰ ਮੈਂ ਆਪੇ ਇਕੱਲੀ, ਮੈਨੂੰ ਪਤਾ ਹੋਊਗੀ ਮੈਂ ਇਕੱਲੀ ਨੇ ਕੰਮ ਕਰਨਾ, ਫਿਰ ਮੈਂ ਆਪੇ ਕਰ ਲੂੰਗੀ। ਜਾਓ ਜਾਣਾ ਤੇ, ਜਾ ਕੇ ਵੇਖੋ ਘਰੋਂ ਕਿੱਦਾਂ ਜਾਈਦਾ ਵਾ। ਚੰਗਾ ਚੱਲ ਜਾਣਾ, ਠੀਕ ਆ, ਜੇ ਤੂੰ ਇੱਦਾਂ ਖੁਸ਼ ਆ ਤੇ ਲੱਭਦੀ ਰਹੀ। ਹਾਂਜੀ ਬਜ਼ੁਰਗੋ, ਸਰਦਾਰ ਜੀ ਮੈਂ ਆਸ਼ਰਮ 'ਚ ਰਹਿਣਾ ਚਾਹੁੰਦਾ ਜੀ, ਘਰ ਬਹੁਤ ਲੜਾਈ ਝਗੜਾ ਰਹਿੰਦਾ ਜੀ, ਇੱਕੋ ਇੱਕੋ ਮੁੰਡਾ ਸੀ ਉਹ ਵੀ ਕਨੇਡਾ ਚਲ ਗਿਆ,
ਘਰ ਵਾਲੀ ਬਹੁਤ ਪਰੇਸ਼ਾਨ ਕਰਦੀ ਆ, ਰੋਜ਼ਾਨਾ ਲੜਾਈ ਝਗੜਾ ਰਹਿੰਦਾ। ਹਾਂਜੀ ਕੋਈ ਗੱਲ ਨਹੀਂ ਜੀ, ਆਸ਼ਰਮ 'ਚ ਤੁਹਾਨੂੰ ਜ਼ਰੂਰ ਰੱਖ ਲਾਂਗੇ, ਪਰ ਆਸ਼ਰਮ 'ਚ ਰਹਿਣ ਦੇ ਨਾ ਸਾਡੇ ਕੋਈ ਰੂਲ ਨੇ, ਉਹ ਤੁਹਾਨੂੰ ਫੋਲੋ ਕਰਨੇ ਪੈਣਗੇ। ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ, ਜੋ ਵੀ ਰੂਲ ਆ ਮੈਨੂੰ ਦੱਸੋ ਜੀ, ਪਰ ਮੈਂ ਘਰ ਨਹੀਂ ਰਹਿਣਾ ਚਾਹੁੰਦਾ ਜੀ, ਉੱਥੇ ਮੇਰਾ ਇੱਕ ਪਲ ਵੀ ਨਹੀਂ ਨਿਕਲਦਾ ਜੀ, ਜੋ ਵੀ ਰੂਲ ਆ ਮੈਂ ਪੂਰੇ ਕਰੂੰਗਾ। ਇੰਨਾ ਮੈਂ ਪਰੇਸ਼ਾਨ ਆਪਣੀ ਜ਼ਿੰਦਗੀ ਤੋਂ, ਮੈਂ ਉੱਥੇ ਇੱਕ ਪਲ ਵੀ ਨਹੀਂ ਰਹਿਣਾ ਚਾਹੁੰਦਾ। ਮੈਨੂੰ ਕਿਸ ਤਰ੍ਹਾਂ ਆਸ਼ਰਮ 'ਚ ਰੱਖੋ ਜੀ? ਇੱਕ ਤਾਂ ਤੁਹਾਨੂੰ ਇੱਥੇ ਇੱਦਾਂ ਹੈ ਕਿ ਆਪਣੀ ਇੱਕ ਆਧਾਰ ਕਾਰਡ ਦੀ ਕਾਪੀ ਦੇਣੀ ਪਊਗੀ, ਅਤੇ ਹਰ ਇੱਕ ਰੂਮ ਦੇ ਵਿੱਚ ਦੋ ਬੰਦੇ ਸ਼ੇਅਰਿੰਗ 'ਚ ਰਹਿਣਗੇ, ਅਤੇ ਕੋਈ ਵੀ ਇੱਦਾਂ ਦਾ ਕੰਮ ਨਹੀਂ ਕਰਨਾ ਕਿ ਤੁਹਾਡੇ ਰੂਮ ਪਾਰਟਨਰ ਨੂੰ ਕੋਈ ਪਰੇਸ਼ਾਨੀ ਹੋਵੇ। ਕਮਰੇ ਦੀ ਸਫਾਈ ਪੂਰੀ ਰੱਖਣੀ ਪਊਗੀ, ਅਤੇ ਰਾਤ ਨੂੰ 10 ਵਜੇ ਤੋਂ ਬਾਅਦ ਐਂਟਰੀ ਬੰਦ ਆ, ਆਰਾਮ ਨਾਲ ਰਹਿਣਾ ਆ, ਅਤੇ ਤਾਲਮੇਲ ਬਣਾ ਕੇ ਰੱਖਣਾ ਆਪਣੇ ਰੂਮ ਪਾਰਟਨਰ ਦੇ ਨਾਲ। ਠੀਕ ਹੈ ਜੀ, ਅੱਜ ਤਾਂ ਮੈਂ ਕੋਈ ਡਾਕੂਮੈਂਟ ਨਹੀਂ ਲੈ ਕੇ ਆਇਆ, ਕੱਲ੍ਹ ਘਰੋਂ ਡਾਕੂਮੈਂਟ ਲੈ ਕੇ ਫਿਰ ਆ ਜਾਊਂਗਾ ਜੀ। ਹਾਂਜੀ ਕੋਈ ਗੱਲ ਨਹੀਂ, ਤੁਸੀਂ ਕੱਲ੍ਹ ਨੂੰ ਡਾਕੂਮੈਂਟ ਲੈ ਕੇ ਆ ਜਾਇਓ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਤਜਿੰਦਰ ਮੈਂ ਕਹਿੰਦੀ ਉਹਨਾਂ ਨੂੰ ਫੋਨ ਕਰਕੇ ਦੇਖਦੇ ਆ ਜਾਂ ਪਤਾ ਕਰਨਗੇ ਕਿੱਥੇ ਗਏ ਨੇ। ਚੰਗਾ ਪੁੱਤ ਕਰਿਓ ਫਿਰ ਪਤਾ। ਹਾਂਜੀ ਕਰਕੇ ਦੱਸ ਦਾਂਗੇ ਪਤਾ। ਲੱਗਦਾ ਆ ਗਏ ਆ। ਬੜੇ ਭੱਜਦੇ ਗਏ ਸੀ ਘਰੋਂ, ਇਕੱਲੀ ਐਸ਼ ਕਰ ਰਹਿ ਇਕੱਲੀ, ਹੁਣ ਕਿਉਂ ਆਏ ਆ ਵਾਪਸ? ਹੁਣ ਰਹਿਣਾ ਜਿੱਥੇ ਗਏ ਸੀਗੇ, ਮੈਂ ਤੇ ਰਹਿ ਹੀ ਲੈਣਾ ਸੀ ਇਕੱਲੀ ਨੇ। ਗਿਆ ਤੇ ਮੈਂ ਰਹਿ ਨਹੀਂ, ਬਿਰਧ ਆਸ਼ਰਮ ਚਲ ਗਿਆ ਸੀ, ਮੈਂ ਉੱਥੇ ਜਾ ਕੇ ਰਹਿ ਲੂੰਗਾ, ਰੋਜ਼ ਰੋਜ਼ ਦਾ ਸਿਆਪਾ ਖਤਮ ਹੋ ਜੂਗਾ। ਪਰ ਉੱਥੋਂ ਦੇ ਮੈਨੇਜਰ ਨੇ ਇਹੋ ਜਿਹੀ ਗੱਲ ਮੈਨੂੰ ਕਹੀ, ਫਿਰ ਮੈਨੂੰ ਵਾਪਸ ਆਉਣਾ ਪਿਆ। ਕੀ ਗੱਲ ਕਹੀ ਸੀ ਮੈਨੇਜਰ ਨੇ? ਆਸ਼ਰਮ ਦੇ ਮੈਨੇਜਰ ਨੇ ਮੈਨੂੰ ਇਹ ਕਿਹਾ ਕਿ ਦੋ ਬੰਦਿਆਂ ਨੂੰ ਇੱਕ ਕਮਰਾ ਮਿਲੂਗਾ, ਦੋਵਾਂ ਬੰਦਿਆਂ ਨੂੰ ਆਪਸ ਵਿੱਚ ਪ੍ਰੇਮ ਨਾਲ ਰਹਿਣਾ ਪਊਗਾ, ਸਵੇਰ ਨੂੰ ਟਾਈਮ ਨਾਲ ਉੱਠਣਾ ਪਊਗਾ, ਸ਼ਾਮਾਂ ਨੂੰ 10 ਵਜੇ ਤੋਂ ਬਾਅਦ ਕੋਈ ਐਂਟਰੀ ਨਹੀਂ ਹੋਊਗੀ। ਅਤੇ ਲਾਸਟ ਵਿੱਚ ਇਹ ਗੱਲ ਮੈਨੂੰ ਕਹੀ ਆ ਕਿ ਦੋਨਾਂ ਨੂੰ ਆਪਸ ਵਿੱਚ ਐਡਜਸਟਮੈਂਟ ਕਰਨੀ ਪਊਗੀ। ਮੈਂ ਫਿਰ ਸੋਚਿਆ ਕਿ ਐਡਜਸਟਮੈਂਟ ਜਾਂ ਮੈਂ ਇੱਥੇ ਐਡਜਸਟਮੈਂਟ ਅਣਜਾਣ ਬੰਦੇ ਨਾਲ ਜੋ ਕਰਨੀ ਹੈ, ਅਤੇ ਮੈਂ ਕਿਉਂ ਨਹੀਂ ਆਪਣੇ ਘਰ ਜਾ ਕੇ ਆਪਣੀ ਘਰਵਾਲੀ ਨਾਲ ਹੀ ਐਡਜਸਟਮੈਂਟ ਕਰਕੇ ਪਿਆਰ ਨਾਲ ਰਹੀਏ, ਇਸ ਕਰਕੇ ਮੈਂ ਵਾਪਸ ਆਇਆ। ਇਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਆ, ਹਰ ਥਾਂ ਤੁਸੀਂ ਨਹੀਂ ਗਲਤ ਹੁੰਦੇ, ਕਿਤੇ ਨਾ ਕਿਤੇ ਤਾਂ ਮੇਰੀ ਵੀ ਗਲਤੀ ਹੁੰਦੀ ਆ। ਚੱਲ ਹਰ ਭੁੱਖ ਬੜੀ ਲੱਗੀ ਆ, ਸਵੇਰ ਦਾ ਘਰੋਂ ਨਿਕਲਿਆ, ਜਾਂ ਹੁਣ ਲਿਆ ਰੋਟੀ ਅਤੇ ਰੋਟੀ ਖਾਈਏ।